ਹਾਲ ਹੀ ਵਿੱਚ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ 7 ਸਤੰਬਰ ਤੋਂ ਸੂਬੇ ਵਿੱਚ ਬੱਸਾਂ ਦੇ ਕਿਰਾਏ ਵਿੱਚ ਵਾਧਾ ਕੀਤਾ ਸੀ। ਇਸ ਤੋਂ ਬਾਅਦ ਜੰਮੂ ਕਸ਼ਮੀਰ, ਹਰਿਆਣਾ ਤੇ ਹਿਮਾਚਲ ਦੇ ਮੁਕਾਬਲੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਸਫ਼ਰ ਸਭ ਤੋਂ ਮਹਿੰਗਾ ਹੋ ਗਿਆ ਹੈ। ਹੁਣ ਜੇਕਰ ਕੋਈ ਯਾਤਰੀ ਪੰਜਾਬ ਦੇ ਵਿੱਚ 100 ਕਿਲੋਮੀਟਰ ਦਾ ਸਫ਼ਰ ਕਰਦਾ ਹੈ ਤਾਂ ਉਸ ਨੂੰ ਟਿਕਟ ਤੇ 25 ਰੁਪਏ ਤੱਕ ਜ਼ਿਆਦਾ ਖਰਚ ਕਰਨੇ ਪੈਣਗੇ। ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਰੋਡਵੇਜ਼ ਦੇ ਸਾਰੇ ਡੀਪੂਆਂ ਨੇ ਆਪਣੀਆਂ ਬੱਸਾਂ ਦੇ ਨਵੇਂ ਕਿਰਾਏ ਦੇ ਰੇਟ ਬਦਲ ਦਿੱਤੇ ਹਨ। ਇਸ ਕਾਰਨ ਹੁਣ ਬੱਸਾਂ ਵਿੱਚ ਸਫ਼ਰ ਕਰਨਾ ਮੁਸਾਫਰਾਂ ਨੂੰ ਬਹੁਤ ਮਹਿੰਗਾ ਹੋ ਗਿਆ ਹੈ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਪੰਜਾਬ ਦੇ ਯਾਤਰੀ ਹੁਣ ਹਰਿਆਣਾ ਅਤੇ ਹਿਮਾਚਲ ਦੀਆਂ ਬੱਸਾਂ 'ਚ ਸਵਾਰ ਹੋਣ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ। ਜਲੰਧਰ ਦੇ ਦੋਵੇਂ ਰੋਡਵੇਜ਼ ਡੀਪੂਆਂ ਨੇ ਵੀ ਆਮ ਤੋਂ ਲੈ ਕੇ ਵੋਲਵੋ ਬੱਸਾਂ ਦੇ ਕਿਰਾਏ ਵਧਾ ਦਿੱਤੇ ਹਨ। ਜਲੰਧਰ ਡੀਪੂ 1 ਕੋਲ ਸਭ ਤੋਂ ਵੱਧ 13 ਵੋਲਵੋ ਬੱਸਾਂ ਹਨ ਅਤੇ ਇਹ ਜਲੰਧਰ ਲਈ ਸਭ ਤੋਂ ਵੱਧ ਆਮਦਨ ਪੈਦਾ ਕਰਨ ਵਾਲਾ ਰੂਟ ਵੀ ਹੈ। ਪਹਿਲਾਂ ਜਲੰਧਰ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੱਕ ਯਾਤਰੀਆਂ ਨੂੰ 1160 ਰੁਪਏ ਦੇਣੇ ਪੈਂਦੇ ਸਨ, ਜੋ ਹੁਣ 90 ਰੁਪਏ ਦੇ ਵਾਧੇ ਤੋਂ ਬਾਅਦ 1250 ਰੁਪਏ ਪ੍ਰਤੀ ਯਾਤਰੀ ਹੋ ਗਏ ਹਨ। ਦੱਸ ਦੇਈਏ ਕਿ ਹੁਣ ਵੋਲਵੋ ਦਾ ਕਿਰਾਇਆ ਜਲੰਧਰ ਤੋਂ ਨਵੀਂ ਦਿੱਲੀ 1160 ਰੁਪਏ ਪਹਿਲਾਂ ਸੀ ਤੇ ਹੁਣ 1250 ਕਰ ਦਿੱਤਾ ਗਿਆ। ਜਲੰਧਰ ਤੋਂ ਚੰਡੀਗੜ੍ਹ ਪਹਿਲਾਂ 425 ਰੁਪਏ ਹੁੰਦਾ ਸੀ, ਹੁਣ 495 ਰੁਪਏ ਕਰ ਦਿੱਤਾ ਗਿਆ ਤੇ ਜਲੰਧਰ ਤੋਂ ਅੰਮ੍ਰਿਤਸਰ ਤੱਕ ਦਾ ਕਿਰਾਇਆ 225 ਰੁਪਏ ਹੁੰਦਾ ਸੀ ਤੇ ਹੁਣ 270 ਰੁਪਏ ਹੋਵੇਗਾ। ਦੱਸ ਦੇਈਏ ਕਿ ਵੋਲਵੋ ਦੇ ਰੇਟ ਵਧਣ ਨਾਲ ਹੁਣ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।